ਟੋਕਾ ਹੀ ਰੱਖ ਲਿਆ ਹਨਾ, ਤੂੰ ਕਰ ਐਕਸ਼ਨ ਫਿਰ ਬੰਦਾ ਮੂਹਰੇ ਮੇਲ ਕਰਕੇ ਕੀ ਕਰੂ। ਇੰਨੀ ਉਹਨੇ ਸਮੂਥ ਉਹ ਜਿਹੜੇ ਐਕਸ਼ਨ ਜੇ ਕੀਤੇ ਆ ਨਾ, ਉਹ ਯਾਰ ਉਹ ਲੱਗਦਾ ਕਿ ਵਾਕਈ ਕੋਈ ਚੀਜ਼ ਨਹੀਂ, ਸਮਰ ਜਾਣ ਵਾਲੇ ਆ, ਵਿੰਟਰ ਆਉਣ ਵਾਲੇ ਆ। ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਅੱਜ ਇੱਕ ਨਵੀਂ ਸ਼ਾਮ ਦੇ ਨਾਲ ਨਵਾਂ ਵਲੌਗ ਆਪਾਂ ਬਣਾਉਣ ਜਾ ਰਹੇ ਹਾਂ। ਤੇ ਮੇਰਾ ਬ੍ਰੇਕਫਾਸਟ ਆ ਲੋਕਾਂ ਦਾ, ਮਤਲਬ ਬ੍ਰੰਚ ਟਾਈਮ ਹੁੰਦਾ 4 ਵਜੇ ਆ, 4:30 ਤੇ ਇਸ ਤੋਂ ਬਾਅਦ ਆਪਾਂ ਕੌਫੀ ਤੇ ਬ੍ਰੈਡ ਆਮਲੇਟ ਖਾਣ ਤੋਂ ਬਾਅਦ ਆਪਾਂ ਚੱਲਦੇ ਹਾਂ ਬਾਹਰ। ਕੰਮ ਆ ਥੋੜਾ ਜਿਹਾ, ਬਹੁਤ ਜ਼ਰੂਰੀ ਵਾਲਾ ਕੰਮ ਆ ਤੇ ਤੁਹਾਨੂੰ ਫਿਰ ਅਸੀਂ ਰਾਹ 'ਚ ਮਿਲਾਂਗੇ ਔਰ ਕਹਾਣੀਆਂ ਸੁਣਾਵਾਂਗੇ, ਗੱਲਾਂ ਬਾਤਾਂ ਕਰਾਂਗੇ। ਆਪਾਂ ਜੋ ਗੱਡੀ 'ਚ ਬਹਿ ਕੇ ਵਾਰਤਾਲਾਪ ਕਰਦੇ ਹਾਂ ਉਹ ਤੁਹਾਡੇ ਨਾਲ ਕਰਾਂਗੇ। ਪੁਰਾਣਾ ਜਿਹੜਾ ਆਪਣਾ ਵਲੌਗ ਆ ਦੁਬਈ ਦੀ ਯਾਰੀ ਤੇ ਉਹ ਅਪਲੋਡ ਅੱਜ ਰਾਤ ਨੂੰ ਆਪਾਂ ਕਰ ਦੇਣਾ, ਦੇਖ ਲਿਓ ਜਾ ਕੇ। ਤੇ ਅੱਜ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ ਆਪਾਂ ਤੁਹਾਡੇ ਲਈ। ਥੈਂਕ ਯੂ ਸੋ ਮਚ। ਲਓ ਵੀ ਮਿੱਤਰੋ, ਮੱਠਾ ਮੱਠਾ ਦਿਨ ਢਲ ਰਿਹਾ, ਚਿਹਰੇ ਤੇ ਧੁੱਪ ਪੈ ਰਹੀ ਆ, ਹਲਕੀ ਹਲਕੀ ਜੀ ਠੰਡੀ ਠੰਡੀ ਧੁੱਪ ਤੇ ਮੌਸਮ ਬਹੁਤ ਵਧੀਆ ਹੋ ਗਿਆ ਦੁਬਈ ਦੇ ਵਿੱਚ। ਤੇ ਚੇਂਜ ਹੋ ਗਿਆ, ਗਰਮੀਆਂ ਹੁਣ ਜਾ ਰਹੀਆਂ ਨੇ ਤੇ ਸਰਦੀਆਂ ਆ, ਸਮਰ ਜਾਣ ਵਾਲੇ ਆ, ਵਿੰਟਰ ਆਉਣ ਵਾਲੇ ਆ, ਵਿੰਟਰ ਜਾਣ ਵਾਲੇ ਆ, ਸਮਰ ਆਉਣ ਵਾਲੇ ਆ। ਠੀਕ ਆ ਨਾ, ਅੱਤ ਪੰਜਾਬੀ ਉਹਨਾਂ ਤੇ ਬਾਈ ਉਹ ਵੀ ਬਰੀਡ ਖਰਾਬ ਹੀ ਹੋਈ ਆ ਯਾਰ, ਬਰੀਡ ਖਤਮ ਹੋ ਗਈ। ਉਹ ਪੰਜਾਬੀ ਨਹੀਂ ਕਹਿ ਸਕਦਾ ਯਾਰ, ਉਹ ਤੁਸੀਂ ਜਿੰਨਾ ਮਰਜ਼ੀ ਲੈ ਲਓ, ਮਤਲਬ ਅਸੀਂ ਪੰਜਾਬੀ ਆ। ਤੁਹਾਡੀ ਬਾਈ ਜੀ ਦੇਖੋ ਉਹ ਬਰੀਡ ਖਰਾਬ ਹੋ ਚੁੱਕੀ ਇਹਦੇ ਵਿੱਚ ਤੁਹਾਨੂੰ ਮੰਨਣਾ ਪੈਣਾ ਵਾ। ਜਾਂ ਤੁਸੀਂ ਆਪਦੇ ਆਪ ਨੂੰ ਪਿਓਰ ਕੈਨੇਡੀਅਨ ਕਹਿ ਲਓ, ਜਾਂ ਤੁਸੀਂ ਪੰਜਾਬੀ ਤਾਂ ਨਾ ਕਹੋ ਯਾਰ, ਪੰਜਾਬੀ ਨਹੀਂ ਕਹਿ ਸਕਦੇ ਹਨਾ। ਪੰਜਾਬੀ ਉਹੀ ਹੈ ਜਿਹੜਾ ਉੱਥੇ ਜੰਮ ਗਿਆ ਤੇ ਉੱਥੇ ਪਲ ਗਿਆ, ਉਹੀ ਪੰਜਾਬੀ ਆ ਹਨਾ। ਤੇ ਜੇ ਤੁਸੀਂ ਜੇਕਰ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ, ਮਤਲਬ ਸਮਰ ਜਾਣ ਵਾਲਾ ਹੀ ਆ ਤੇ ਵਿੰਟਰ ਆਉਣ ਵਾਲਾ ਹੀ ਆ। ਠੀਕ ਆ, ਇਹ ਚੀਜ਼ਾਂ ਹੁਣ ਤੁਹਾਨੂੰ ਆਪ ਹੀ ਸੋਚਣੀਆਂ ਪੈਣੀਆਂ। ਲਓ ਵੀ ਮਿੱਤਰੋ, ਗੱਲ ਹੈਗੀ ਇੱਦਾਂ, ਜਿਹੜਾ ਅੱਜ ਕੱਲ੍ਹ ਨਵਾਂ ਸੋਸ਼ਲ ਮੀਡੀਆ ਤੇ ਐਨ ਕੱਲ੍ਹ ਹੀ ਚੱਲੀਆਂ ਵੀਡੀਓ। ਓਹੋ ਭਾਈ, ਆਪਾਂ ਗੱਲ ਕਰਨੀ ਆ ਦਿਲਜੀਤ ਬਾਰੇ। ਓਏ ਹੋ ਹੋ ਬਾਈ, ਆਪਾਂ ਗੱਲ ਕਰਨੀ ਦਿਲਜੀਤ ਬਾਰੇ। ਦੇਖੀ ਤੂੰ ਭੇਜੀ ਸੀ ਮੈਨੂੰ ਵੀਡੀਓ, ਉਹ ਬੰਦਾ ਚੜ ਗਿਆ ਹਾਥੀ, ਉਹ ਬੰਦਾ ਮਤਲਬ ਲੱਗ ਰਿਹਾ ਵੀ ਉਹ ਗੱਲ ਤਾਂ ਫੱਜ ਪੈ ਗਿਆ ਉਹ ਹੈ, ਇਲੂਮੀਨਾਤੀ ਚਾਚੇ ਉਹਨਾਂ ਨੇ ਮਗਰ ਪੈ ਗਿਆ ਲੱਗਦਾ। ਉਹਨੇ ਬੜਾ ਸੋਹਣਾ ਘੁਮਾ ਕੇ ਜੇ ਦੰਦਾਂ ਨੂੰ ਆਇਆ ਕੀਤਾ, ਲੱਗਦਾ ਯਾਰ ਉਹ ਹੋ ਗਿਆ ਉਧਰ ਨੂੰ। ਜਿਹੜੀ ਉਹ ਵੀਡੀਓ ਆ ਰਹੀ ਆ ਨਾ, ਹੋ ਸਕਿਆ ਮੈਂ ਨਾਲ ਜਦੋਂ ਆਪਾਂ ਐਡਿਟ ਕਰਾਂਗੇ ਨਾ, ਮੈਂ ਨਾਲ ਚਲਾਉਂਗਾ ਵੀਡੀਓ। ਉਹ ਜਿਹੜੀ ਵੀਡੀਓ ਕਲਿੱਪ ਆ ਰਹੀ ਆ ਨਾ, ਉਹ ਮਤਲਬ ਇੰਨੀ ਕੁ ਸਮੂਥ ਆ, ਐਂ ਲੱਗਦਾ ਜਿਵੇਂ ਉਹਦੇ ਚ ਨਾ ਕੋਈ ਆਤਮਾ ਬੜੀ ਤੇ ਇੱਕਦਮ ਬਾਹਰ ਆਈ ਆ। ਇੰਨੀ ਉਹਨੇ ਸਮੂਥ ਉਹ ਜਿਹੜੇ ਐਕਸ਼ਨ ਜੇ ਕੀਤੇ ਆ ਨਾ, ਉਹ ਯਾਰ ਉਹ ਲੱਗਦਾ ਕਿ ਵਾਕਈ ਕੋਈ ਚੀਜ਼ ਆ। ਜਿਹੜੀਆਂ ਮੈਂ ਗੱਲਾਂ ਸੁਣੀਆਂ ਉਹ ਇਦਾਂ ਵਾ ਬਈ, ਇਹ ਬੰਦੇ ਨੂੰ ਫਾੜਦੇ ਆ ਸੈਲੀਬ੍ਰਿਟੀਜ਼ ਨੂੰ ਤੇ ਉਹਨੂੰ ਬਹੁਤ ਫੇਮਸ ਕਰ ਦਿੰਦੇ ਆ, ਬਹੁਤ ਫੇਮਸ ਕਰਦੇ ਆ। ਜਿਵੇਂ ਕਿ ਦਿਲਜੀਤ ਬਹੁਤ ਫੇਮਸ ਹੋਇਆ ਵਾ ਤੇ ਉਹ ਉੱਪਰ ਨੂੰ ਜਾ ਰਿਹਾ ਤੇ ਥੱਲੇ ਨੂੰ ਨਹੀਂ। ਤੇ ਜਦੋਂ ਫੇਮਸ ਹੋ ਜਾਂਦਾ ਫਿਰ ਇਹ ਕਹਿੰਦੇ ਹੁੰਦੇ ਆ ਤੂੰ ਇਹੋ ਜਿਹਾ ਇੱਕ ਸਾਈਨ ਦੇ ਵੀ ਲੋਕਾਂ ਨੂੰ ਲੱਗੇ ਤੂੰ ਸਾਡੇ ਵੱਲ ਦਾ ਵਾ। ਮੈਨੂੰ ਲੱਗਦਾ ਫਿਰ ਇਹ ਗੱਲ ਵੀ ਸੱਚੀ ਆ, ਇਹ ਸਾਈਨ ਸੀਗਾ, ਇਹ ਸਾਈਨ ਸੀਗਾ ਹਨਾ। ਨਹੀਂ ਅੱਗੇ ਮਤਲਬ ਅੱਗੇ ਨਹੀਂ ਆਪਾਂ ਕਹਿ ਤਾ, ਅੱਗੇ ਵੀ ਬਥੇਰੇ ਐਕਸ਼ਨ ਮਾਰਦਾ ਪੰਜਾਬੀ ਭੰਗੜਿਆਂ ਦੇ ਹਨਾ। ਤੇ ਜਿਹੜੀ ਅੱਜ ਇਹਨੇ ਚੀਜ਼ ਕੀਤੀ ਆ ਨਾ, ਲੋਕਾਂ ਮਤਲਬ ਤਰਾਹ ਕੱਢ ਕੇ ਰੱਖਦਾ ਵੀ ਹਾਂ ਯਾਰ ਇਹ ਚੀਜ਼ ਤਾਂ ਕੋਈ। ਹਨੀ ਸਿੰਘ ਵੀ ਟ੍ਰੈਪ ਚ ਆਇਆ, ਉਹ ਤਾਂ ਇਨਡਾਇਰੈਕਟਲੀ ਉਹ ਵੀ ਮੰਨਦਾ ਵਾ। ਹਨੀ ਸਿੰਘ ਦਾ ਇੰਟਰਵਿਊ ਚ ਕਹਿਤਾ ਮੈਂ ਕਹਿੰਦਾ ਅਸੀਂ ਧੱਕੇ, ਹਾਂ ਇਨਡਾਇਰੈਕਟਲੀ ਮੰਨਦਾ ਵਾ, ਉਹ ਨੋ ਨਹੀਂ ਕਹਿੰਦਾ, ਉਹ ਮੰਨਦਾ ਵਾ। ਤੇ ਇਹਦਾ ਆਪਾਂ ਨੂੰ ਦੇਖ ਰਿਹਾ, ਮੈਨੂੰ ਲੱਗ ਉਹ ਜ਼ਿਆਦਾ ਇਲੂਮੀਨਾਤੀ ਹੁਣੀ ਮਤਲਬ ਜ਼ਿਆਦਾ ਟ੍ਰੈਪ ਕਰਦੇ ਆ ਕੀਤਾ ਇਹਨਾਂ ਨੇ। ਪਹਿਲਾਂ ਹਾਲੀਵੁੱਡ ਨੂੰ ਸੈਲੀਬ੍ਰਿਟੀਜ਼ ਨੂੰ, ਤੇ ਉਹਨੂੰ ਦੇਖਦਾ ਸਾਰਾ ਵਰਲਡ ਹਨਾ। ਤੇ ਉਹੀ ਪੈਟਰਨ ਹੁਣ ਜਿਹੜਾ ਬੰਦਾ ਇਹਨਾਂ ਦੇ ਹੱਥ ਚੜ੍ਹਦਾ ਉਹਨੂੰ ਪੂਰਾ ਟੌਪ ਤੇ। ਫਿਰ ਅਗਰ ਤੁਸੀਂ ਨਾ ਕਰਦੇ ਹੋ, ਉਹ ਫਿਰ ਤੁਹਾਨੂੰ ਮਰਵਾਉਣ ਤੱਕ ਵੀ ਉਹਨਾਂ ਦੀ ਉਹ ਹੁੰਦੀ ਹੈ ਹਨਾ। ਤੇ ਕਾਫੀ ਐਕਟਰਾਂ ਦਾ ਨਾਮ ਵੀ, ਸਿੰਗਰਸ ਦਾ ਨਾਮ ਵੀ ਲੱਗਦਾ ਵਾ, ਉਹਦਾ ਟੁਪਾਕ ਦਾ ਨਾਮ ਵੀ ਉਹਦਾ ਇਹਦੇ ਵਿੱਚ ਹੀ ਕਿ ਵੀ ਇਹਨਾਂ ਨੇ ਮਤਲਬ ਇਹ ਸਾਡੇ ਮਿੱਥ ਆ ਯਾਰ, ਇਹਨੂੰ ਯਕੀਨ ਸੱਚ ਨਾ ਮੰਨ ਲਿਓ। ਮਤਲਬ ਰਿਊਮਰਸ ਨੇ ਜਿਹੜੇ ਸੁਣਦੇ ਆ, ਜਿਹੜੀਆਂ ਅੱਖਾਂ ਦੇਖਦੀਆਂ ਨੇ, ਤੇ ਆਪਾਂ ਕਿਸੇ ਤੇ ਐਨ ਪੂਰਾ ਫੋਕਸਡ ਕਰਕੇ ਵੀ ਹਾਂ ਇਹ ਸੱਚ ਹੀ ਆ ਹਨਾ, ਉਵੇਂ ਨਹੀਂ। ਮਤਲਬ ਕਹਿੰਦੇ ਜੇ ਤੁਸੀਂ ਉੱਪਰ ਵਾਲੇ ਨੂੰ ਮੰਨਦੇ ਹੋ, ਰੱਬ ਨੂੰ ਮੰਨਦੇ ਤਾਂ ਸ਼ੈਤਾਨ ਵੀ ਹੈਗਾ ਵਾ। ਇਹ ਚੀਜ਼ मतलब हो ही सकती है कि ज्यादा इंसान ने मतलब शैतान भी था रब नहीं बनाया है ना, वो कड़ा पैदा रब नहीं बनाया शैतान, ते हो सकता भाई ये चीजा की कर सकते हैं तो काम कर गया। ते दलजीत का टॉपिक मैं देखा ना जो वीडियो भाई मेनू तो लगता है होगा मेनू ला जेडी ओदी वीडियो है ना होर अगे पिछे ओदे कल दे दो क्लिप देखया मैं हां ते ओदे विच मेनू लगता है ओ दलजीत नहीं सी जेड़ा कुछ ओने कीता ओदी हरकत ही है नहीं जी दलजीत दी आपा कितनी बार देखया स्टेज शो लो हां ओ दलजीत नहीं सी भाई हुन ए भी है ना जे हुन समझ ला के घंटी ते मतलब ओ टोका ही रख लिया है ना तू कर एक्शन फिर बंदा मूहरे मेलर के की करू नहीं वो चल वक्री है चाहे जो मर्जी मनाया हो बट कल वाले वो क्लिप देख के लगता भी है ये रलिया हुआ उन्होंने उन्होंने साथी है वो प्रमोट मैं कहना जरूर घंटी ते गोडा रखते होने भाई नहीं तो तेरी कल आखिरी दिन या फिर आदि जिंदगी इंजॉय कर ला है ना वो तकोने का निशान होंगे दो हथा बनता करके दूसरी क्लिप आई है ट्राइंगल आइज है ना वो चो ने आए बनाया उत्ते करके हट जा दलजीत सिया हट जा तू हट जा दलजीत सिया पंजाबी किसी और पासे ना ला हां एवी ना तू कर ते शायद हॉलीवुड वाले सिंगरां दी कॉपी भी करता हो सकता भी चल अगर ओरिजिनल च ये अटैच नहीं होया उन्हां नाल शायद ये सोचदा भी यार हॉलीवुड वाले सिंगर ऐ करदे आ ना कोई स्टाइल आ गया ऐ करके किड़ी कॉपी वाला स्टाइल ही नहीं है हां जड़ी उन्हें आ गल कीती जे है ना ऐ जे करके वो क्लास कीती है सोने हाथ पैर घुमाया वो केड़ा सारा कथक दा डांसर आ जेड़ा ऐ कर लूगा भैन तुसी देखो उनु मतलब जिवें आत्मा एक बड़च बड़ी हुंदी है ओदा तो उन्हें आपदा एक्शन पूरा कीता एकदम निकल गई वो हिसाब किताब वाला ओहो हो चलो कोई गल नहीं असि तां ਗੱਲਾਂ ਕਰ ਲਈ ਦੀਆਂ ਆਪਾਂ ਜਿਹੜਾ ਦਲਜੀਤ ਨੂੰ ਮਿਲਣਾ ਜਾਂ ਵੀਡੀਓ ਉਹਦੇ ਤੱਕ ਪਹੁੰਚਣੀ ਆ ਆਪਦੀ ਆਪਾਂ ਕਰ ਲਈ ਦੀ ਆ ਹਾਂ ਉਹ ਵੱਡੀ ਚੀਜ਼ ਆ ਉਹਨੇ ਚੀਜ਼ਾਂ ਦੇ ਜਵਾਬ ਵੀ ਨਹੀਂ ਦੇਣੇ ਬਣਦਾ ਵੀ ਉਹਦਾ ਜਵਾਬ ਦੇਣਾ ਉਹਦੀ ਆਪਦੀ ਲਾਈਫ ਆ ਹੈ ਕਿ ਨਹੀਂ ਲੇਕਿਨ ਇੱਕ ਜਦੋਂ ਪਬਲਿਕ ਫਿਗਰ ਬਣ ਜਾਂਦਾ ਨਾ ਬੰਦਾ ਉਹਨੂੰ ਬੱਚਾ ਬੱਚਾ ਵੀ ਸੁਣਦਾ ਉਹ ਇਨਸਪਾਇਰਡ ਹੁੰਦੇ ਆ ਬੱਚੇ ਬੱਚੇ ਵੀ ਉਹ ਤੋਂ ਤੇ ਉਹਨਾਂ ਦੀ ਇੱਕ ਡਿਊਟੀ ਬਣ ਜਾਂਦੀ ਆ ਹੁਣ ਦੇਖ ਦਲਜੀਤ ਆਪਣੇ ਚ ਉੱਠਿਆ ਇੱਕ ਨਾਰਮਲ ਹਨਾ ਉੱਠੇ ਦੇਖਦੇ ਆਪਾਂ ਹਾਂ ਹੁਣ ਤੇਰੇ ਮੇਰੇ ਵਰਗਾ ਜਾਂ ਆਪਾਂ ਨੇ ਤੋਂ ਛੋਟੇ ਕਹਿਣਗੇ ਯਾਰ ਫਿਰ ਇਲੂਮਨਾਟੀ ਨੂੰ ਮੰਨ ਲਈਏ ਫੇਮਸ ਕਰਦਾ ਉਹ ਲੱਗਣਗੇ ਪਿੱਛੇ ਇੱਕ ਐਗਜ਼ਾਮਪਲ ਦਿੰਨਾ ਪਿੱਛੇ ਹਰਿਆਣੇ ਦੇ ਸਕੂਲ ਦੇ ਵਿੱਚ ਟੀਚਰ ਨੂੰ ਬਾਹਰ ਬੁਲਾ ਕੇ ਦੋ ਮੁੰਡਿਆਂ ਨੇ ਉਹਦੇ ਪੱਟ 'ਚ ਗੋਲੀ ਮਾਰਤੀ ਟੀਚਰ ਦੇ ਤੇ ਉਹਨਾਂ ਨੇ ਬਾਅਦ 'ਚ ਵੀਡੀਓ ਤੇ ਬਣਾ ਕੇ ਹੱਬ ਹੱਬ ਕੇ ਐਂ ਕਹਿ ਰਹੇ ਨੇ ਕਿ ਵੀ ਅਸੀਂ ਸਾਡੇ ਕੋਲ ਹੋਰ ਗੋਲੀਆਂ ਵੀ ਪਈਆਂ ਨੇ 40 ਹੋਰ ਮਾਰਨੀ ਨਹੀਂ 6 ਮਹੀਨੇ ਬਾਅਦ ਤੇਰੇ ਫੇਰ ਗੋਲੀ ਮਾਰਾਂਗੇ ਅਸੀਂ ਭੋਰਾ ਕੇ ਜਵਾਕ ਨੇ ਉਹ 15 16 ਸਾਲਾਂ ਦੇ ਤੇ ਉਹ ਇਨਸਪਾਇਰਡ ਬਾਈ ਕਿਦੇ ਲਾਰੈਂਸ ਬਿਸ਼ਨ ਹੋਈ ਦੇ ਹਨਾ ਐ ਕਰਕੇ ਤੇ ਹਰ ਇੱਕ ਚੀਜ਼ ਤੇ ਜਿਹੜੀ ਚੀਜ਼ ਫੇਮਸ ਹੁੰਦੀ ਹੈ ਨਾ ਪਬਲਿਕ ਫਿਗਰ ਬਣ ਜਾਂਦਾ ਜਿਹੜਾ ਜਾਂ ਨੈਗੇਟਿਵ ਪਾਸੇ ਤੋਂ ਜਾਂ ਪੋਜ਼ਿਟਿਵ ਪਾਸੇ ਤੋਂ ਉਹਨਾਂ ਦਾ ਲੋਕਾਂ ਤੇ ਇੰਪੈਕਟ ਪੈਣਾ ਸ਼ੁਰੂ ਹੋ ਜਾਂਦਾ ਵਾ ਔਰ ਜ਼ਿਆਦਾ ਜਿਹੜੇ ਇਨਵੋਲਵਡ ਹੁੰਦੇ ਆ ਜਿਨ੍ਹਾਂ ਤੇ ਇੰਪੈਕਟ ਪੈਂਦਾ ਵਾ ਇਹ ਚੀਜ਼ ਦਾ ਉਹ ਹੁੰਦੇ ਨੇ ਨਿਊ ਜਨਰੇਸ਼ਨ 15 ਤੋਂ 16 18 19 ਸਾਲ ਦੇ ਵਿੱਚ ਵਿੱਚ ਦੀ 20 ਸਾਲ ਦੇ ਵਿੱਚ ਦੀ ਤੁਸੀਂ ਹੁਣ ਕਦੇ ਵੀ ਦੇਖ ਲਿਓ ਜਿਹੜੇ ਵੀ ਯੂਟਿਊਬਰ ਹਾਂ ਇਹ ਕਰਦੇ ਆ ਵੀ ਆਪਾਂ ਚਲੋ ਆਪਾਂ ਗੈਦਰਿੰਗ ਕਰਦੇ ਆ ਕਿਤੇ ਜਾ ਕੇ ਹਨਾ ਤੇ ਜਿਹੜੇ ਵੀ ਯੂਟਿਊਬਰ ਗੈਦਰਿੰਗ ਕਰਦੇ ਆ ਜਾ ਕੇ ਬਾਹਰ ਉਹਨਾਂ ਦੀ ਤੁਸੀਂ ਆਵਾਮ ਦੇਖ ਲਿਓ ਪਬਲਿਕ ਦੇਖ ਲਿਓ ਕੋਈ ਸਿਆਣਾ ਬੰਦਾ ਨਹੀਂ ਹੋਊਗਾ ਸਾਰੀ ਇਹੀ ਜਨਰੇਸ਼ਨ ਹੁੰਦੀ ਹੈ ਕਿਉਂਕਿ ਅਟਰੈਕਟ ਕਰਦੀਆਂ ਨੇ ਚੀਜ਼ਾਂ ਇਹ ਚੀਜ਼ਾਂ ਅਟਰੈਕਟ ਕਰਦੇ ਨੇ ਮਤਲਬ ਇਹ ਜਿਹੜਾ ਮਾਈਂਡ ਹੁੰਦਾ ਕੱਚਾ ਹੁੰਦਾ ਵਾ ਇਹ ਜਲਦੀ ਮਤਲਬ ਫਿਸਲ ਜਾਂਦਾ ਉਧਰ ਨੂੰ ਦੇਖ ਕੇ ਥੋੜਾ ਜਿਹਾ ਪੌਸ਼ ਲਾਈਫ ਜੀ ਯਾਰ ਇਹ ਤਾਂ ਬਹੁਤ ਵਧੀਆ ਜਿਉਂ ਰਿਹਾ ਇਹ ਤਾਂ ਯਾਰ ਸਾਡੇ ਲਈ ਸਾਰਾ ਕੁਝ ਹੀ ਆ ਅਸੀਂ ਉਹਦੇ ਵਾਂਗੂ ਹੀ ਬਣਨਾ ਉਵੇਂ ਆ ਚੀਜ਼ ਕੱਲ ਵਾਲੀ ਗੱਲ ਜੇ ਆਪਾਂ ਨੂੰ ਕਲਿੱਕ ਕਰ ਗਈ ਇਹ ਵੀ ਕੁਝ ਹੈ ਫੇਮਸ ਤਾਂ ਹੀ ਹੋਇਆ ਇਹ ਤਾਂ ਇੱਕ 18 20 ਸਾਲ ਵਾਲੇ ਜਵਾਕ ਨੂੰ 100% ਕਲਿੱਕ ਕਰੂਗੀ ਉਹ ਇਧਰ ਨੂੰ ਤੁਰੂਗਾ ਵੀ ਯਾਰ ਮੈਨੂੰ ਮਿਲਾ ਦੋ ਇਲੂਮਨਾਤੀ ਉਹਨਾਂ ਨਾਲ ਮੈਂ ਉਹਨਾਂ ਦਾ ਭਗਤ ਬਣੂਗਾ ਮੈਨੂੰ ਇੰਨਾ ਫੇਮਸ ਕਰੋ ਠੀਕ ਆ ਮੇਰੇ ਤੋਂ ਜਿੰਨੇ ਮਰਜ਼ੀ ਸਾਈਨ ਕਰਵਾਈ ਜਾਓ ਇਹ ਜੇ ਬਹੁਤ ਸਾਰੇ ਕੱਲ ਵਾਲੀ ਵੀਡੀਓ ਤੋਂ ਬਾਅਦ ਦਰਜ ਗਈ ਹੋਣੀ ਹੈ ਇਹ ਗੱਲ ਜਿਹੜੇ ਛੋਟੇ ਛੋਟੇ ਸਿੰਗਰ ਹੋਣੇ ਆ ਜਾਂ ਜ਼ਿਆਦਾ ਉਹਨਾਂ ਨਾਮ ਨਹੀਂ ਆਇਆ ਬਾਹਰ ਇਹ ਤਾਂ ਮੈਂ ਸੁਣਿਆ ਵਾ ਇਹ ਤਾਂ ਮਿੱਟੀ ਨੂੰ ਵੀ ਅਗਰ ਮੈਂ ਕੋਈ ਜਮਾ ਹੀ ਜ਼ੀਰੋ ਸਿੰਗਰ ਆ ਉਹਨੂੰ ਵੀ ਹੱਥ ਲਾ ਦੇਣ ਨਾ ਐਂ ਚੜਾ ਦਿੰਦੇ ਮਿੰਟੋ ਮਿੰਟੇ ਉੱਤੇ ਉਹਦੇ ਵੱਡੇ ਵੱਡੇ ਖਾੜੇ ਤੇ ਵੱਡੇ ਵੱਡੇ ਸਟੇਜਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਵਾਕਈ ਫਿਰ ਦਲਜੀਤ ਦੀਆਂ ਸਟੇਜਾਂ ਵੱਡੀਆਂ ਲੱਗਣ ਲੱਗ ਗਈ ਕਿੱਡੀ ਵੱਡੀ ਲੱਗਦੀ ਆ ਹਜੇ ਤੱਕ ਪੰਜਾਬੀ ਉੱਥੇ ਪਹੁੰਚਿਆ ਨਹੀਂ ਸਹੀ ਗੱਲ ਉੱਥੇ ਪਹੁੰਚ ਗਿਆ ਬਾਕੀ ਦਲਜੀਤ ਜਾਣੇ ਤੇ ਇਲੂਮਨਾਤੀ ਜਾਣੇ ਫਿਰ ਇਹ जो ना करूँगा ओके बाय टाटा। वैसे भोग तो इन्होंने जो आने का भी पाता सीगा, जे आ गल सच्ची है तो भोग तो वह भी पै गया सीगा, गेम तो भी पै गई सी, बेचारा निकल ही आया किसी लोट ड्रॉप हो। फिर चढ़ूगा ओनू फिर गोडिया थले लैणगे भाई। ये दुनिया मैनू लगता ना कद कदे ये सारा धोखा ही आ, ये जंजाल जिहा, ये जंजाल जिहा धोखा ही आ। मतलब रब रुब कुछ नहीं, बंदे ही चलाते दुनिया है ना, जो टॉप क्लास उत्ते बैठे ने उही चलाते। जी ब्लैक वैब जी होंगी आ, ये सारा कुछ इन्हों का ही आ। उसे नॉर्मल बंदा नहीं एंटर हो सकता। हिसाब ला ला तू यार, इन्ने जैमर लगे। मैं सुनिया भी आप सर पूरी दुनिया जी हैगी 10% यूज करते नैट का, बाकी 90% वैबसाइट वाले यूज करते ब्लैक वेब वाले है। नॉर्मल बंदा आप हैकर भी नहीं बढ़ सकता चंगा उन्होंने, एड्डी तगड़ी चीज़ आ उन्होंने लगी हुई। सारे क्राइम होंगे, सारा कुछ होंगे ब्लैक वेब। हाँ ब्लैक वेब उत्थे जाके सारा बोलियां लगदियां मौत दे। जो आप देख रहे हैं आप हम इन्होंने एक्सपीरियंस किया, जो आप जो वीडियोज मिलती जो इनफॉर्मेशन मिलती है ना, एवं इदा भाई दलजीत सिंह तो ये साढ़े साढ़े वाले छोटा जहा मैसेज आ भाई, तू पंजाबी सिंगर आ सानू मतलब पंजाबी यार गलत पासे ना ते असी मतलब वधिया समझते हैं तेनू, क्योंकि तेरे च जेड़े तू बॉलीवुड जाके आंसर वगैरह करता है ना, पंजाब लई बोलदा 84 ते भी आंसर करदा है ना। बड़ा सोहना आंसर सी तेरा भी भाई, जेनोसाइड नहीं सीगा शरेआम एक साइड वन साइडेड कतलेआम सीगा। वो आंसर तेरा अज भी याद आ सानू। किसानां नाल भी तू खड़ा, बेशक दी रौला पाउंदे आ भी तू पैसे दे के मुकर गया दित्ते नहीं ते, लेकिन फिर भी एक एक बनदी चीज़ ते देख ला भाई। अगर निकल हुंदा इन्हां चों, अगर फसिया तां निकल इन्हां चों निकल जा ते नहीं निकलिया तो होर पिछे बहुत जाने नूं ला लो यार। हाँ ठीक है, साडे वालों तो यही मैसेज आ। तो पंजाब की जनरेशन बेचारी ज़्यादा इन्फ्लुएंस हो जाती है एक जो उन्होंने कुछ देता वा नवा है ना। तो चलो कोई गल नहीं, क्यों सलीम निकल मेरे अज दी साडा टॉपिक यही सीगा कि असीं अज इहदे बारे मतलब आपां गल करनी है। कल वाले ब्लॉग 'च आपां दुबई दी यारी दी गल कीती आ, अज यही गल। तो होप सो थोनू साडी ये कार पॉडकास्ट वधिया लगी हुई, असीं कार दे विच ही करदे आ। ठीक आ ते अपनी गल रिलेट करनगे लोकी यार 100%। उन्हां नूं जिन्हां ने देखी आ उन्हां नूं भी लग्या होऊ भी इह पागल आ गए। हाँ ते अगर प्लीज़ तुसीं इह वीडियो देख रहे हो तां यार कमेंट च आपदी राय जरूर दे दिओ है। ते भाई जी सबसक्राइब कर लिओ चैनल नूं, ठीक है जी। चलो बड़ी मेहरबानी, थैंक यू सो मच, बाबास। गर्मी आ जाती है ना। हाँ बाहर तो गर्मी बैठे। जबल अली आए हैं जी असीं आपां अपने सलून ते, ते हुण निकलांगे 7 बजदे। मैं इहदे नाल ही आंदा, ये मेरे नाल ही होगा। ठीक है, बंदे अपने बैठे अंदर ते बस 5 मिनट च निकलण लगे हैं। ये तुहानूं अपडेट सीगी, अपना व्लॉग चल रहा वा ते घरे आके मिलदे आ। फिर तुहानूं राह च मिलदे आ, गड्डी च भी माहौल दिखाउणा तुहानूं। लो भी मित्रों आप तुर पे जबल अली तो। जबल अली अजकल असीं ज़्यादा जाने हैं क्योंकि अपना एवरी वन नोज हू नोज कि अपना बिजनेस है उत्थे ते फोकस करना बहुत जरूरी है इन्हां चीज़ां ते। ठीक है ना, तो आने वाले टाइम दे विच होर भी न्यूज़ हैगियां ने लेकिन डिस्कलोज नहीं करनियां, जदों होणगियां उदों दस्सांगे। हुण आप जा रहे हैं जबल अली, ट्रैफिक बहुत आ। जबल अली तो आ रहे हैं मतलब असीं जा रहे हैं वापस, ट्रैफिक बहुत आ। तो वो चीज़ नूं असीं बहुत ही बहादरी नाल टैकल करांगे। क्यों सलीम? 4 साल 4.5 साल लगातार मैं ट्रैफिक च कंटिन्यू सफ़र किया, फ्रॉम आबू धाबी टू दुबई, दुबई टू आबू धाबी। और बारे मैं गल्लां करदा पिया सीगा कि यार उदों बॉडी अज नहीं, जिन्ना वजन वधिया मेरा वेट इनक्रीज़ होया तो सब ट्रैवलिंग करके होया। 3 तो 3.5 4 घंटे लगातार गड्डी चलाई है इन्ने साल, तां करके ना कुछ टाइम एक्सरसाइज का ना कुछ होर। हुण मेरे को फुल टाइम एक्सरसाइज मैं हुण भी नहीं करदा तां जो मैं रिड्यूस कर सकां, है ना। चलो देखते हैं। क्यों असली में रिड्यूस तो नहीं तो कर सकता, रिड्यूस करने लई थोड़े च डेडिकेशन और जीभ ते कंट्रोल, और यही दो चीज़ां मेरे च नहीं हैगियां। डेडिकेशन नहीं है, जीभ ते कंट्रोल नहीं हैगा। खाण पीण नूं आपां फिर तुहानूं पता ही है नंबर वन है ना। इदां कहानी बनती है। मैनूं समझ नहीं आती दुबई दे विच इन्ना गड्डखाना कित्थों आउंदा यार भाई। हर एक घर च दो दो तीन तीन गड्डियां हैं। हाँ हस्बैंड वाइफ दोनों जॉब करते दोनों कोल गड्डियां। हाँ दो गड्डियां तो है। फिर जिन्हां दे बच्चे बड़े हो जाते उन्होंने भी गड्डी चाहिए है ना। इदां कहानी देखो सुहाल वा देखो कितना मतलब माहौल गड्डियां दा। उधरों जा रही ने इधरों आ रही ने है। चलो ये फिर आप हम ब्लॉग एंड करते हैं एक नवे स्लोगन दे नाल। समर जान वाले या विंटर आने वाले या बबास।